innaka laminal mursalin ala siratin mustaqim sadaqallahul azim lammi pargaya aliya vi ਅਧਿਆਏ ਦਰੂਦ ਸਲਾਮ ਪੇਸ਼ ਕਰੋ ਤਾਂ ਕਿ ਅਸਾਂ ਸਾਰਿਆਂ ਨੂੰ ਹਾਜ਼ਰੀ ਲੱਗੀ ਜਾਏ ਸੱਲੱਲਾਹੁ ਤਾਲਾ ਅਲਾ ਹਬੀਬੀ ਮੁਹੰਮਦਿਓ ਵਸੱਲਮ ਸੱਲੱਲਾਹੁ ਤਾਲਾ ਅਲਾ ਹਬੀਬੀ ਮੁਹੰਮਦਿਓ ਵਸੱਲਮ ਸੱਲੱਲਾਹੁ ਤਾਲਾ ਅਲਾ ਹਬੀਬੀ ਮੁਹੰਮਦਿਓ ਵਸੱਲਮ ਖਿਦਾਬ ਕਾਇਦੇ ਛਤਰੋਂ ਨੰਬਰਦਾਰ ਖਾਲਦ ਹੁਸੈਨ ਚੌਧਰੀ ਸਾਹਿਬ ਆਜ ਕੀ ਤਕਰੀਬ ਕੇ ਮੇਜ਼ਬਾਨ انتہائی قابل احترام جناب ملک مظہر صاحب سینئر قانون دان جناب چودھری ممتاز ایڈوکیٹ صاحب میرے انتہائی قابل احترام چودھری محمد علی صاحب چودھری منیر بٹلی صاحب ہمارے لیے بڑی آنر کی بات ہے عزت کی بات ہے کہ آج ہمارے درمیان انتہائی قابل شخصیت موجود ہیں جناب ملک میں نام پروفیسر محمد آزاد پروفیسر محمد آزاد صاحب معززین علاقہ بزرگوں دوستوں عزیزوں السلام علیکم ورحمۃ اللہ آج اس جس کار سارے دوست بزرگ گٹھے ہوئے ہیں یہ بڑا بابرکت کار ہے یونین کونسل ਸਤਰੋਂ ਦਾ ਉਹ ਘਰ ਹੈ ਕਿ ਜਿਸ ਕੀ ਸਾਰਿਆਂ ਤੋਂ ਪਹਿਲੇ ਇੱਜ਼ਤ ਮਿਲੀ ਹੈ ਅੱਜ ਮੈਂ ਨੰਬਰਦਾਰ ਖਾਲਦ ਹੁਸੈਨ ਚੌਧਰੀ ਸਾਹਿਬ ਦੀ ਤਰਫੋਂ ਆਪਣੀ ਤਰਫੋਂ ਆਪਣੇ ਅੰਕਲ ਜਨਾਬ ਚੌਧਰੀ ਮਨੀਰ ਬਟਲੀ ਸਾਹਿਬ ਦੀ ਤਰਫੋਂ ਸਭ ਤੋਂ ਪਹਿਲੇ ਮਲਕ ਮਜ਼ਹਰ ਸਾਹਿਬ ਤੁਸਾਂ ਦੀ ਮੁਬਾਰਕਬਾਦ ਪੇਸ਼ ਕਰਨਾ ਕਿ ਤੁਸਾਂ ਬਿਲਾ ਮੁਕਾਬਲਾ ਇਸ ਵਾਰਡ ਨੇ ਕੌਂਸਲਰ ਮੁੰਤਖਬ ਹੋ ਚੁੱਕੀ ਹੈ ਇਹ ਬੜੀ ਇੱਜ਼ਤ ਦੀ ਗੱਲ ਹੈ ਬੜੇ ਇਕਰਾਮ ਦੀ ਗੱਲ ਹੈ ਸਭ ਤੋਂ ਪਹਿਲੇ ਤਾਂ ਤੁਸਾਂ ਦੀ ਬਹੁਤ ਮੁਬਾਰਕਬਾਦ ਉਸ ਤੋਂ ਬਾਅਦ ਤੁਸਾਂ ਦਾ ਬੇਹੱਦ ਸ਼ੁਕਰੀਆ ਤੁਸਾਂ ਅਸਾਂਦੀ ਇੱਜ਼ਤ ਨਾਲ ਨਵਾਜ਼ਿਆ ਅੱਜ ਘਰ ਬੁਲਾਇਆ ਨੰਬਰਦਾਰ ਸਾਹਿਬ ਦੀ ਤਰਫੋਂ ਵੀ ਬੇਹੱਦ ਸ਼ੁਕਰੀਆ ਅਲਿਆਨੇ ਬਟਲੀ ਦੀ ਤਰਫੋਂ ਵੀ ਕਿਉਂਕਿ ਮੈਂ ਬਟਲੀ ਦੀ ਨੁਮਾਇੰਦਗੀ ਕਰੀ ਰਿਹਾ ਅਲਿਆਨੇ ਬਟਲੀ ਦੀ ਤਰਫੋਂ ਵੀ ਬੇਹੱਦ ਤੁਸਾਂ ਦਾ ਸ਼ੁਕਰੀਆ ਸਾਡੇ ਦੋ ਵਾਰਡ ਜਿਸਲੇ ਯੂਨੀਅਨ ਕੌਂਸਲ ਛਤਰੋਂ ਵਿੱਚ ਜ਼ਮ ਹੋਏ ਅਤੇ ਅਲਿਆਨੇ ਬਟਲੀ ਇਹ ਗੱਲ ਆਉਣੇ ਸੀ ਕਿ ਅਸਾਂ ਕੀ ਨੀਚੇਲੇ ਵਾਰਡ ਦੀ ਮਲਕ ਬਰਾਦਰੀ ਨਾ ਆਸਰਾਇਆ ਔਰ ਮਲਕ ਬਰਾਦਰੀ ਆਉਣੀ ਸੀ ਅਸਾਂ ਕਿ ਅਲਿਆਨੇ ਬਟਲੀ ਨਾ ਆਸਰਾਇਆ ਕਿਉਂਕਿ ਸਾਰੀ ਪੋਲੀਟੀਕਲ ਇਨਵੈਸਟਮੈਂਟ ਸਾਰੀ ਯੂਨੀਅਨ ਕੌਂਸਲ ਐਨਕਰ ਵਿੱਚ ਸੀ ਸਾਡਾ ਯੂਨੀਅਨ ਕੌਂਸਲ ਛਤਰੋਂ ਨਾਲ ਅਸਾਂ ਕਦੇ ਸੋਚਿਆ ਵੀ ਨਹੀਂ ਸੀ ਹੈ ਕਿ ਅਸਾਂ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਸਕਾਂ ਅਤੇ ਸਾਡਾ ਸਿਆਸੀ ਤਾਲੁਕ ਉਸ ਤਰ੍ਹਾਂ ਨਹੀਂ ਸੀ ਹੈ ਬਲਦਿਆਤ ਨੇ ਇਤਬਾਰ ਨਾਲ ਅਗਰ ਗੱਲ ਕੀਤੀ ਜਾਏ ਤਾਂ ਇੱਕ ਤਾਂ ਅਸਾਂ ਚਲੋ ਇੱਕ ਦੂਏ ਨਾਲ ਆਸਰਾ ਸੀ ਦੂਆ ਸਾਡੇ ਵਾਸਤੇ ਇੱਕ ਬੜੇ ਮਸਲੇ ਦੀ ਗੱਲ ਸੀ ਹੈ ਕਿ ਐਸਾ ਕੋਈ ਬੰਦਾ ਹੋਵੇ ਜਿਹੜਾ ਬੰਦਾ ਅਸਾਂ ਸਾਰਿਆਂ ਕੀ ਨਾਲ ਕੀ ਨਹੀਂ ਤਾਂ ਚੱਲੇ ਅਤੇ ਮੈਂ ਸਮਝਣਾ ਹੈ ਕਿ ਨੰਬਰਦਾਰ ਖਾਲਸ ਸਾਹਿਬ ਤੋਂ ਬਿਹਤਰ ਕੋਈ ਬੰਦਾ ਨਹੀਂ ਹੈ ਜਿਹੜਾ ਅਸਾਂ ਸਾਰਿਆਂ ਕੀ ਨਾਲ ਕੀ ਨਹੀਂ ਤਾਂ ਚੱਲੇ ਔਰ ਅੱਜ ਮਲਕ ਮਜ਼ਹਰ ਸਾਹਿਬ ਜਿਹੜਾ ਇਹ ਫੈਸਲਾ ਕੀਤਾ ਇਹ ਬੜਾ ਕਾਬਲ ਤਹਿਸੀਨ ਹੈ ਇੰਤਹਾਈ ਕਾਬਲ ਤਹਿਸੀਨ ਹੈ ਅਸਾਂ ਤੁਹਾਨੂੰ ਸ਼ੁਕਰਗੁਜ਼ਾਰ ਵੀ ਹਾਂ ਮਲਕ ਸਾਹਿਬ ਔਰ ਨੰਬਰਦਾਰ ਸਾਹਿਬ ਆਪਣੇ ਤਾਸਰਾਤ ਆਪਣੇ ਜਿਲ੍ਹਾ ਤੁਸਾਂ ਨਾਲ ਗੁਫ਼ਤਗੂ ਕਰ ਸਕਾਂ ਮੈਂ ਸ਼ੇਅਰ ਵੀ ਕਰ ਸਕਾਂ ਯਕੀਨ ਜਾਣੋ ਮਾੜੇ ਕੋਲ ਅਲਫਾਜ਼ ਕੋਣੀ ਕਿ ਮੈਂ ਤੁਹਾਨੂੰ ਸ਼ੁਕਰੀਆ ਅਦਾ ਕਰਾਂ ਔਰ ਦੂਸਰੀ ਬਾਤ ਇਹ ਆ ਕਿ ਇਨਸ਼ਾਅੱਲਾ ਅਸ ਸਾਰੇ ਅਜ਼ੀਜ਼ ਹਾਂ ਭੈਣਾਂ ਭਰਾ ਹਾਂ ਸਾਦਾ ਅਲਫਾਜ਼ ਵਿੱਚ ਇਨਸ਼ਾਅੱਲਾ ਇਹ ਜਿਹੜਾ ਇਤਫਾਕ ਇਤਾਦ ਹੈ ਇਹ ਕਾਇਮ ਹੋ ਦਾਇਮ ਰਹੇ ਸੀ ਜਿਸ ਤਰ੍ਹਾਂ ਅੱਲਾਹ ਤਾਲਾ ਮਲਕ ਮਜ਼ਹਰ ਸਾਹਿਬ ਦੀ ਇੱਜ਼ਤ ਨਾਲ ਨਵਾਜ਼ਿਆ ਇਸ ਤਰ੍ਹਾਂ ਇਨਸ਼ਾਅੱਲਾ ਅੱਲਾਹ ਤਾਲਾ ਨੰਬਰਦਾਰ ਖਾਲਸ ਸਾਹਿਬ ਦੀ ਇੱਜ਼ਤ ਨਾਲ ਨਵਾਜ਼ੀ ਅਤੇ ਅਸ ਸਾਰੇ ਮਿਲੀ ਜੁਲੀ ਤਾਂ ਇਲਾਕੇ ਦੀ ਬਿਹਤਰੀ ਵਾਸਤੇ ਇਨਸ਼ਾਅੱਲਾ ਕੰਮ ਕਾਜ ਕਰ ਸਾਂ ਅਤੇ ਸਾਡੇ ਦਰਮਿਆਨ ਸਾਡੇ ਬਟਲੀ ਦੀ ਉਹ ਸ਼ਾਨ ਹੈ ਸਾਡੇ ਬਜ਼ੁਰਗ ਹੈ ਸਾਡੇ ਬੜੇ ਸੀਨੀਅਰ ਕਾਨੂੰਨਦਾਨ ਹੈ ਮਲਕ ਮਜ਼ਹਰ ਸਾਹਿਬ ਨੇ ਕਰੀਬੀ ਸਾਥੀ ਦੋਸਤ ਔਰ ਬਜ਼ੁਰਗ ਵੀ ਹੈ ਅੱਜ ਸਾਡੀ ਇਸ ਤਕਰੀਬੀ ਮੌਜੂਦ ਹੈ ਜਨਾਬ ਚੌਧਰੀ ਮੁਮਤਾਜ਼ ਐਡੋਕੇਟ ਸਾਹਿਬ ਮੈਂ ਇਹਨਾਂ ਦੀ ਗੁਜ਼ਾਰਿਸ਼ ਕਰ ਸਕਾਂ ਕਿ ਪਲੀਜ਼ ਆਪਣੇ ਤਾਸਰਾਤ ਤੋਂ ਨਵਾਜ਼ੋ ਕੋਸ਼ਿਸ਼ ਬੜੀ ਇੱਕ ਅੱਛੀ ਫੈਮਲੀ ਸੇ ਤਲਕ ਰੱਖਤੇ ਹੈ ਸ਼ਰੀਫ ਹੈ ਔਰ ਕੋਈ ਆਮ ਜਿਸ ਤਰ੍ਹਾਂ ਇੱਕ ਰਵਾਇਤੀ ਲੋਕ ਥਾਣੇ ਕੀ ਜਾਂ ਦੂਸਰੀ ਖੜਪੈਂਚੀ ਕਰਤੇ ਹੈ ਜਾਂ ਉਨਕੇ ਕੋਈ ਔਰ ਮਕਾਸਦ ਹੁੰਦੇ ਹੈ ਇਹਨੇ ਕਭੀ ਐਸਾ ਕੋਈ ਨਹੀਂ ਹੈ ਬੜੇ ਮੁਸਬਤ ਇਨਕੀ ਸੋਚ ਹੈ ਬੜੇ ਅੱਛੇ ਤਰੀਕੇ ਸੇ ਜੋ ਹੈ ਯੇ ਆਪਣੀ ਇਸਕੀ ਨੁਮਾਇੰਦਗੀ ਕੇ ਲੀਏ ਇਸਕੇ ਲੀਏ ਜੋ ਹੈ ਵਕਤ ਆਦਮੀ ਦੇ ਸਕਤਾ ਹੈ ਵੋ ਇਸਕੇ ਲੀਏ ਅਹਿਲ ਵੀ ਹੈ
तो इन्होंने पहले भी ये जो है छोटे मोटे जो मसाइल हैं उसमें बढ़ चढ़ कर ये इससे हिस्सा लेते रहे हैं, तो इन्होंने फैसला किया है। हमने भी मलिक साहब, मजहर साहब है, मलिक सिद्दीक साहब है, मलिक अपना शबान साहब, बाकी जितने सब ने हमने ये जो है फैसला यही किया है कि जो बेहतर आदमी हो, लोगों की खिदमत कर सके, इलाके की नुमाइंदगी कर सके, तो उस लिए उसमें जो हम सब ने किया तकरीबन सब की मुतफिका राय थी कि नंबरदार खालिद जो है ये हमसे जो यूनियन कौंसिल के अंदर क्षेत्रों के अंदर है बेहतर तरीके से इसकी जो है लोगों की नुमाइंदगी तमीर और तरक्की के काम वो कर सकेंगे। इन्हें भी मैं कहूँगा कि आप इंशाल्लाह जो खुदा है आप 27 तारीख को है वो इंशाल्लाह इनका जो कामयाबी का जो सूरज है वो शुरू होगा, और लेकिन इसके लिए हम सब ने मेहनत करनी है। वार्ड नंबर 6 जो है इसलिए लोकल काउंसिल चूँकि जो है ये मलिक मजहर साहब कामयाब हो चुके हैं, इसकी वोट की ज़रूरत तो नहीं होगी, लेकिन आपकी जो वार्ड है इसमें सब आपने अपने दोस्तों के बाप को भी काज करना है कि एक जो है डिस्ट्रिक्ट काउंसिल की वोट वही पड़ेगी। तो आपने मुतफिका तौर पर जिस तरह मलिक मजहर साहब को कामयाब किया है, मैं यही तवक्को रखता हूँ कि आप इसी तरह मुतफिका तौर पर वार्ड नंबर 6 से जो है वो पोलिंग नंबरदार खालिद के हक में जो है वो पोल करके साबित करेंगे, बल्कि मैं इनको यकीन दिलाना चाहता हूँ कि जो वार्ड नंबर 7 हमारी बटली है उसे भी जो है तकरीबन सभी लोगों ने मुतफिका तौर पर इन्हें सपोर्ट करने का जो है फैसला किया है। 1700 पहले ये जो है ये तकरीबन जो लोग हैं उन्हें इनके साथ हैं। तो इसके साथ चूँकि वक्त है, हमें हमारी ये खुशकिस्मती है कि इस वक्त डॉक्टर प्रोफेसर मलिक आज़ाद मलिक साहब भी आज हमारे से इस दरमियान मौजूद हैं। बड़े अरसे के बाद मुलाकात हुई है, हम अगर अच्छे इधर रहे हैं तो ये यूरोप में चले गए, उधर ये काम ने किया, अपना नाम भी पैदा किया, यूनिवर्सिटी जो है वो मैनचेस्टर में उसने नाम पैदा किया। तो इसके लिए मैं भी ये समझता हूँ कि ये हमारे लिए एक नेकनामी है। तो आखिर में क्योंकि बात जो है वो नंबरदार खालिद साहब करेंगे, लेकिन हम सबको यही है कि हमने बढ़ चढ़ कर 27 तारीख को इनका निशान ये बैट है वो बल्ला है उस पर मोहर लगानी है, और इसको जो वार्ड नंबर 6 है इसने वो जिस तरह ये मलिक साहब कामयाब हुए हैं बिला मुकाबला, इसी तरह अक्सरियत जो है वो मुतफिका तौर पर इनके हक में वो वोट का जो है वो इस्तेमाल करना है। तो हमें इन्हें भी यकीन दिलाता हूँ कि वार्ड नंबर 6 और 7 से इंशाल्लाह मुकम्मल तौर पर ने हमें सपोर्ट करेंगे और देंगे, लेकिन कामयाब होने के बाद ये लोगों के दरमियान रहकर छोटे मोटे जितने मसाइल हैं उन्हें हल करने की भरपूर इंशाल्लाह हम तो कर रखते हैं कि ये इनकी लोगों के